ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਬਲੇਰ ਤਸਵੀਰ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖਾਨੋਵਾਲ ਦੀ ਧਰਤੀ ਤੇ ਜਿੱਥੇ ਕਿ ਇੱਕ ਬਹੁਤ ਹੀ ਵਧੀਆ ਕਿਸਾਨ ਸਰਦਾਰ ਮਹਿੰਦਰ ਸਿੰਘ ਜੀ ਦੇ ਨਾਲ ਖਾਸ ਮੁਲਾਕਾਤ ਲਈ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਦੇ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਜੀ ਚੈਨਲ ਤਸਵੀਰ ਵਾਲਿਆਂ ਦਾ ਜੋ ਕਿ ਸਾਡੇ ਇੱਥੇ ਫਾਰਮ ਦੇ ਵਿੱਚ ਆ ਕੇ ਕੁਝ ਸਾਡੇ ਵਿਚਾਰ ਲੈਣ ਵਾਸਤੇ ਆਏ ਹਨ ਬਹੁਤ ਬਹੁਤ ਧੰਨਵਾਦ ਆ ਜੀ ਇੱਕ ਕਿਸਾਨ ਵੀਰ ਹੋ ਇਹਨਾਂ ਨੇ ਇੱਕ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ ਆਮ ਦਵਾਈਆਂ ਦੀ ਵਰਤੋਂ ਨਹੀਂ ਕਰਦੇ ਅੱਜ ਇਹਨਾਂ ਨੇ ਇਹੀ ਸਵਾਲ ਕਰਨੇ ਨੇ ਕਿ ਕਿੱਦਾਂ ਇਹਨਾਂ ਨੇ ਖੇਤੀ ਕਦੋਂ ਸ਼ੁਰੂ ਕੀਤੀ ਤੇ ਕਿਵੇਂ ਮਨ ਬਣਿਆ ਇਹਨਾਂ ਦਾ ਹਾਂਜੀ ਮੈਂ ਕਿ ਜੋ ਮੈਂ ਜ਼ਿਮੀਂਦਾਰ ਨਹੀਂ ਸੀ ਜ਼ਿਮੀਂਦਾਰਾ ਨਹੀਂ ਸੀ ਕਰਦਾ ਮੇਰਾ ਇਹ ਖੇਤੀ ਵਾਲੇ ਪਾਸੇ ਧਿਆਨ ਨਹੀਂ ਸੀ ਸਨ 2010 ਦੇ ਵਿੱਚ ਮੇਰੀ ਵਾਈਫ ਬਿਮਾਰ ਹੋ ਗਈ ਸੀ ਜੋ ਕਿ ਉਹਨੂੰ ਕੈਂਸਰ ਦੀ ਬਿਮਾਰੀ ਆ ਗਈ ਸੀ ਉੱਥੋਂ ਮੇਰਾ ਮਨ ਬਣਿਆ ਵੀ ਜਿਹੜੀਆਂ ਆਪਾਂ ਫਸਲਾਂ ਬੀਜਦੇ ਆ ਪੈਦਾ ਕਰਦੇ ਆ ਕਿ ਉਹ ਜ਼ਹਿਰੀਲੀਆਂ ਬਹੁਤ ਜ਼ਿਆਦੀਆਂ ਤੇ ਇਸ ਕਰਕੇ ਮੇਰਾ ਮਨ ਬਣਿਆ ਵੀ ਆਪਾਂ ਵੀ ਕਿਉਂ ਨਾ ਕੁਛ ਨਾ ਕੁਛ ਯੋਗਦਾਨ ਪਾਈਏ ਬਿਨ ਨੈਚੁਰਲ ਖੇਤੀ ਕਰਨੀ ਸ਼ੁਰੂ ਕਰੀਏ ਜਿਹਦੇ ਨਾਲ ਜਿਹੜੀਆਂ ਬਿਮਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਤੋਂ ਬਚ ਗਏ ਇਸ ਕਰਕੇ ਮੈਨੂੰ ਆਪਣਾ ਮਨੋ ਵੀ ਪਹਿਲਾਂ ਵੀ ਸ਼ੌਂਕ ਸੀ ਕੁਝ ਕੁਝ ਬਿਮਾਰੀ ਦਾ ਕਰਕੇ ਤੇ ਮੇਰਾ ਜਾਦਾ ਮਨ ਇਧਰਲੇ ਪਾਸੇ ਹੋ ਗਿਆ ਜੀ ਇਹ ਖੇਤੀ ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਕਦੋਂ ਤੋਂ ਸ਼ੁਰੂ ਕੀਤੀ ਜੀ ਇਹ ਜੀ ਮੈਂ ਅੱਜ ਮੈਨੂੰ 3 ਸਾਲ ਪੂਰੇ ਹੋ ਗਏ ਆ ਤੀਜੇ ਸਾਲ ਮੈਂ ਫਸਲ ਬੀਜੀ ਆ ਤੇ 3 ਸਾਲ ਹੋ ਗਿਆ ਮੈਨੂੰ ਇਹ ਸ਼ੁਰੂ ਕੀਤੀ ਨੂੰ ਹਾਂਜੀ ਇਹ ਜਿੱਦਾਂ ਅੱਜਕੱਲ ਹਰੇਕ ਪੈੜੀ ਆਪਣੀ ਨਸ਼ੇ ਤੇ ਲੱਗੀ ਆ ਦਵਾਈਆਂ ਤੇ ਖਾਦਾਂ ਤੇ ਲੱਗੀ ਆ ਇਸ ਨਸ਼ੇ ਮੁਕਤ ਕਰਨ ਵਾਸਤੇ ਪੈੜੀ ਨੂੰ ਤੁਸੀਂ ਕੀ ਕੀ ਕਰਦੇ ਹੋ ਬਹੁਤ ਵਧੀਆ ਸਵਾਲ ਆ ਖਾਲਸਾ ਜੀ ਤੁਹਾਡਾ ਦੇਖੋ ਜਿਸ ਤਰ੍ਹਾਂ ਆਪਾਂ ਕੋਈ ਬੰਦਾ ਨਸ਼ੇ ਤੇ ਲੱਗ ਜਾਂਦਾ ਉਹਦਾ ਨਸ਼ਾ ਛਡਾਉਣ ਵਾਸਤੇ ਆਪਾਂ ਨੂੰ ਉਪਰਾਲੇ ਕਰਨੇ ਪੈਂਦੇ ਆ ਸੋ ਇਸੇ ਤਰ੍ਹਾਂ ਹੀ ਪੈੜੀ ਜਿਹੜੀ ਆ ਬਹੁਤ ਆਪਣੀ ਜਿਹਾ ਰੀਲੀ ਹੋ ਚੁੱਕੀ ਆ ਤਕਰੀਬਨ ਕੈਂਸਰ ਦੇ ਲੱਗ ਛਾਕੇ ਪਹੁੰਚ ਚੁੱਕੀ ਆ ਤੇ ਉਹਦਾ ਕਰਕੇ ਆਪਾਂ ਨੂੰ ਇਹਦੇ ਵਿੱਚ ਜਦੋਂ ਆਪਾਂ ਪੈਲੀ ਤਿਆਰ ਕਰਨੀ ਆ ਸਭ ਤੋਂ ਪਹਿਲੋਂ ਆਪਾਂ ਨੂੰ ਇਹਨੂੰ ਪੈਲੀ ਤਿਆਰ ਕਰਨੀ ਪਊਗੀ ਜਦੋਂ ਪੈਲੀ ਤਿਆਰ ਕਰਨ ਦੇ ਤਰੀਕੇ ਜਿਹੜੇ ਆ ਉਹ ਆਪਾਂ ਨੂੰ ਨੇਚਰਲ ਤਰੀਕੇ ਦੇ ਨਾਲ ਕਰਨੇ ਪੈਣਗੇ ਤਾਂ ਫੇ ਇਹ ਪੈਲੀ ਤਿਆਰ ਹੋਊਗੀ ਜੀ ਇਹ ਪੈਲੀ ਕਿਸ ਤਰ੍ਹਾਂ ਤਿਆਰ ਕਰਦੇ ਨੇ ਤੁਸੀਂ ਹਾਂਜੀ ਸਭ ਤੋਂ ਪਹਿਲੋਂ ਆਪਣਾ ਇਹ ਸਭ ਤੋਂ ਮੇਨ ਕੰਮ ਜਿਹੜਾ ਆ ਬਈ ਢੇਰਿਆ ਗੋਆ ਹਾਂਜੀ ਤੇ ਗੋਆ ਆਪਾਂ ਕੱਚਾ ਨਹੀਂ ਪਾਉਣਾ ਖੱਤੇ ਦੇ ਵਿੱਚ ਜੇ ਕੱਚਾ ਗੋਆ ਖੱਤੇ ਦੇ ਵਿੱਚ ਪਾਵਾਂਗੇ ਤੇ ਦੋ ਸਾਲ ਤੋਂ ਪਹਿਲੋਂ ਉਹ ਆਪਣਾ ਕੰਮ ਕਰਨਾ ਸ਼ੁਰੂ ਨਹੀਂ ਕਰਦਾ ਗਲਦਾ ਨਹੀਂ ਉਹਦੇ ਜਵਾਨੂ ਪੈਦਾ ਨਹੀਂ ਹੁੰਦੇ ਨੰਬਰ 1 ਨੰਬਰ 2 ਜਿਹੜੀ ਆ ਵੀ ਹਰੀ ਖਾਦ ਬੀਜੋ ਜਿੰਨੀ ਵੀ ਬੀਜ ਸਕਦੇ ਵੱਧ ਤੋਂ ਵੱਧ ਜਿਹੜੀ ਹਰੀ ਖਾਦ ਬੀਜੋ ਖੱਤਿਆਂ ਦੇ ਵਿੱਚ ਉੱਥੋਂ ਸ਼ੁਰੂ ਕਰੋ ਹਰੀ ਖਾਦ ਬੀਜ ਕੇ ਤੇ ਢੇਰਾ ਤੋਂ ਸ਼ੁਰੂ ਕਰੋ ਕੰਮ ਇਹ ਹਰੀ ਖਾਦ ਦੇ ਵਿੱਚ ਕੀ ਕੀ ਬੀਜ ਦਿਓ ਜੀ ਹਾਂਜੀ ਹਰੀ ਖਾਦ ਦੇ ਵਿੱਚ ਆਪਾਂ ਜਦੋਂ ਢਾਂਚਾ ਹੋ ਗਿਆ ਬਾਜਰਾ ਤੇ ਮੂੰਗੀ ਹੋਰ ਦਾਲਾਂ ਜਿਹੜੀਆਂ ਹਰਵਾਹ ਵਗੈਰਾ ਇਹ ਮਿਕਸ ਕਰਕੇ ਬੀਜੋ ਤੇ ਜਦੋਂ ਦੋ 2.5 ਮਹੀਨੇ ਦਾ ਹੁੰਦਾ ਉਹਨੂੰ ਵਿੱਚੇ ਵਾਓ ਖੱਤੇ ਦੇ ਵਿੱਚ ਖੱਤੇ ਦੇ ਵਿੱਚ ਵਾਉਣ ਦੇ ਵਿੱਚ ਹੀ ਆਪਣਾ ਨਾਈਟ੍ਰੋਜਨ ਪੈਦਾ ਹੋਊਗਾ ਤੇ ਨਸ਼ਾ ਮੁਕਤ ਖਤਾ ਹੋਈ ਜਾਊਗਾ ਇਹ ਜੋ ਤੁਸੀਂ ਫਸਲ ਤਿਆਰ ਕਰਦੇ ਹੋ ਇਹਦੀ ਜਦਾਂ ਇਤੇ ਕਿੰਨਾ ਕੁ ਖਰਚਾ ਆਉਂਦਾ ਵਾ ਜੀ ਤੇ ਕਿੰਨੇ ਕੁ ਤੁਹਾਨੂੰ ਮੁਨਾਫਾ ਹੁੰਦਾ ਹੈ ਜੀ ਹਾਂ ਜੀ ਬਹੁਤ ਵਧੀਆ ਸਵਾਲ ਆ ਤੁਹਾਡਾ ਦੇਖੋ ਜੀ ਆਪਾਂ ਜੇ ਨੈਚਰਲ ਖੇਤੀ ਵਾਲੇ ਪਾਸੇ ਤੁਰਨਾ ਆ ਨਾ ਤੇ ਇੱਕ ਜਿਦਾਂ ਸਹਿਜ ਦੇ ਵਿੱਚ ਬੰਦਾ ਚੱਲਦਾ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪਊਗਾ ਕਿ ਮੰਨ ਲਓ ਕਿ ਆਪਾਂ ਇਹਨੂੰ ਸਮਝ ਲਓ ਵੀ ਅਸੀਂ ਪ੍ਰੋਫਿਟ ਨਹੀਂ ਲੈਣਾ ਇਹਦੇ ਕੋਲੋਂ ਜੀ ਜੇ ਆਪਾਂ ਸੋਚਾਂਗੇ ਅਸੀਂ ਪ੍ਰੋਫਿਟ ਲੈਣਾ ਹੈ ਤੇ ਪ੍ਰੋਫਿਟ ਦੇ ਲੈਣ ਦੇ ਚੱਕਰ ਦੇ ਵਿੱਚ ਆਪਾਂ ਇਹ ਭੱਜ ਦੌੜ ਬਹੁਤ ਜ਼ਿਆਦਾ ਕਰਨੀ ਪਊਗੀ। ਉਹਨਾਂ ਆਪ ਨੂੰ ਇਹ ਪ੍ਰੋਪਰਟੀ ਨਹੀਂ ਦੇਣਾ। ਤੁਸੀਂ 3 ਸਾਲ ਜਿਹੜੀ ਆ 2.5-3 ਸਾਲ ਦੀ ਜ਼ਮੀਨ ਦੀ ਜਿਹੜੀ ਉਹਦੀ ਉਪਜਾਊ ਸ਼ਕਤੀ ਵਧਾਓ। ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਜਿੰਨੀ ਕ ਆਪਾਂ ਖਰਚਾ ਕਰਨਾ, ਖਰਚ ਤੋਂ ਵੱਧ ਆਪਾਂ ਨੂੰ ਇਨਕਮ ਦੇਈ ਜਾਂਦੀ ਆ। ਆਪਾਂ ਨੂੰ ਉਹਦੇ ਬਾਅਦ ਪ੍ਰੋਫਿਟ ਬਾਰੇ ਨਹੀਂ ਸੋਚਣਾ। ਬਣਾ ਪ੍ਰੋਫਿਟ ਬਾਰੇ ਸੋਚਾਂਗੇ ਤੇ ਆਪਾਂ ਇਹ ਖੇਤੀ ਨੈਚਰ ਖੇਤੀ ਨਹੀਂ ਕਰ ਸਕਦੇ। ਸੋ ਇਸ ਕਰਕੇ ਪਹਿਲੋਂ ਆਪਾਂ ਨੂੰ ਪ੍ਰੋਫਿਟ ਨਾ ਦੇਖੋ ਪ੍ਰੋਫਿਟ ਕੁਦਰਤ ਆਪਣੇ ਆਪ ਵੀ ਦੇਈ ਜਾਂਦੀ ਆ ਪ੍ਰੋਫਿਟ ਘਟਦਾ ਨਹੀਂ ਅਸੀਂ ਘਾਟੇ 'ਚ ਨਹੀਂ ਜਾਂਦੇ ਮਿਹਨਤ ਜ਼ਰੂਰ ਜ਼ਿਆਦਾ ਆ ਮਿਹਨਤ ਜ਼ਰੂਰ ਜ਼ਿਆਦਾ ਆ ਤੇ ਖਰਚਾ 0% ਆ ਜੀ ਜਿੰਨੇ ਕ ਆਪਣੇ ਬਿਮਾਰੀਆਂ ਤੇ ਪੈਸੇ ਲੱਗਦੇ ਉਹ ਵੀ ਬਚਦੇ ਆ ਜੀ ਹਾਂਜੀ ਉਹ ਤੋਂ ਉਹ ਜਿਹੜੇ ਆਪਾਂ ਬਿਵਾਰਿ ਹਿਸਾਬ ਲਾ ਲਓ ਵੀ ਅਸੀਂ ਨੇਚਰ ਖੇਤੀ ਸ਼ੁਰੂ ਕਰਨੀ ਆ ਵੀ ਸਭ ਨਾਲ ਸਾਰੇ ਡਾਕਟਰਾਂ ਦੇ ਪੈਸੇ ਬਚ ਗਏ ਹਾਂਜੀ ਬਿਲਕੁਲ ਜੀ ਡਾਕਟਰਾਂ ਦੇ ਪੈਸੇ ਬਚ ਗਏ ਉਹ 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 ਸੋਚ ਕੇ ਆਪਾਂ ਚੱਲਣਾ ਆ ਵੀ ਅਸੀਂ ਡਾਕਟਰਾਂ ਨੂੰ ਪੈਸੇ ਨਹੀਂ ਦੇਣੇ ਅਸੀਂ ਆਪਣੀ ਨੇਚਰ ਖੇਤੀ ਸ਼ੁਰੂ ਕਰਨੀ ਆ ਤੇ 3 ਸਾਲ ਦੇ ਵਿੱਚ ਤੁਹਾਨੂੰ ਜਿਹੜੀ ਮਿਹਨਤ ਵੀ ਤੁਹਾਡੀ ਘਟ ਜਾਣੀ ਆ ਤੇ ਉਪਜਾਊ ਸ਼ਕਤੀ ਜ਼ਮੀਨ ਦੀ ਵਧ ਜਾਣੀ ਆ ਤੇ ਆਪਣੇ ਵੀ ਤੁਹਾਡਾ ਮਨ ਕਰਨਾ ਵੀ ਅਸੀਂ ਨੈਚੁਰਲ ਖੇਤੀ ਕਰੀਏ। ਇਹ ਜਿਹੜੀ ਆਮ ਖੇਤੀ ਕਰ ਰਿਹਾ ਕਿਸਾਨ ਦਵਾਈਆਂ ਵਾਲੀ ਖੇਤੀ ਤੇ ਇਸ ਫਸਲ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਮੁਨਾਫਾ ਮਿਲਦਾ ਹੈ ਜੀ ਇਹ ਇਹਦਾ ਝਾੜ ਵੱਧ ਨਿਕਲਦਾ ਜਾਂ ਉਹਦਾ ਝਾੜ ਵੱਧ ਨਿਕਲਦਾ ਜੀ? ਹਾਂਜੀ ਤੁਹਾਡਾ ਸਵਾਲ ਬਹੁਤ ਵਧੀਆ ਆ ਕਿਉਂਕਿ ਲੋਕਾਂ ਨੂੰ ਆਮ ਇਸ ਗੱਲ ਦਾ ਬੜਾ ਖਦਸ਼ਾ ਆ ਵੀ ਸਾਡੀ ਇਨਕਮ ਕਿਦਾਂ ਵਧੂਗੀ? ਇਨਕਮ ਸਭ ਤੋਂ ਵੱਡੀ ਗੱਲ ਤੇ ਸਾਨੂੰ ਵਿਸ਼ਵਾਸ ਬਣਾਉਣਾ ਪਊਗਾ ਜਦ ਤੱਕ ਅਸੀਂ ਵਿਸ਼ਵਾਸ ਨਹੀਂ ਬਣਾਉਂਦੇ ਲੋਕਾਂ ਦੇ ਵਿੱਚ ਉਹਨਾਂ ਚਿਰ ਇਨਕਮ ਜਿਹੜੀ ਆ ਇਹ ਇਹਦਾ ਆਪਾਂ ਪੱਕਾ ਨਹੀਂ ਕਹਿ ਸਕਦੇ ਵੀ ਸਾਨੂੰ ਇਨਕਮ ਦੂਸਰੀ ਕੈਮੀਕਲ ਖੇਤੀ ਨੂੰ ਵਾਧਿਆ ਘਟਿਆ ਜਿਸ ਜਮ ਤੁਹਾਡਾ ਵਿਸ਼ਵਾਸ ਬਣ ਗਿਆ ਤੁਹਾਡੀ ਵੈਰੈਟੀ ਬਣ ਗਈ ਕੁਆਂਟੀਟੀ ਆਪਾਂ ਜਿਹੜੀ ਘਟਾਵਾਂਗੇ ਤੇ ਕੁਆਲਿਟੀ ਜਿਹੜੀ ਬਣਾਵਾਂਗੇ ਤੇ ਫਿਰ ਸਾਡੀ ਇਹ ਜਿਹੜੀ ਇਨਕਮ ਆ ਇਹ ਮੇਰੇ ਹਿਸਾਬ ਦੇ ਨਾਲ ਕਿ ਜਿਹੜੀ ਕੈਮੀਕਲ ਖੇਤੀ ਆ ਉਹ ਤੋਂ ਉੱਪਰ ਜਾਊਗੀ ਘਟੂਗੀ ਨਹੀਂ ਠੀਕ ਹੈ ਹਾਂਜੀ ਇਸ ਜਿਹੜੀ ਦਵਾਈਆਂ ਵਾਲੀ ਖੇਤੀ ਦਾ ਝਾੜ ਆ ਮੰਨ ਲਓ ਵੀ ਕੀਲੇ ਚੋਂ 20 ਬੋਰੀਆਂ ਨਿਕਲਦੀਆਂ ਹਾਂ ਤੇ ਆ ਜਿਹੜੀ ਤੁਸੀਂ ਖੇਤੀ ਕਰ ਰਹੇ ਹੋ ਉਹਦੇ ਵਿੱਚੋਂ ਕਿੰਨੀਆਂ ਕਬੋਰੀਆਂ ਨਿਕਲਦੀਆਂ ਜੀ ਦੇਖੋ ਜੀ ਪਹਿਲੇ ਸਾਲ ਤੇ ਇਹ ਜਦੋਂ ਮੈਂ ਸ਼ੁਰੂ ਕੀਤਾ ਕੰਮ ਤਾਂ ਉਦੋਂ ਚਾਰਕ ਪੰਜ ਬੋਰੀਆਂ ਕੀਲੇ ਦੇ ਨਿਕਲੀਆਂ ਸੀਗੀਆਂ ਕਣਕ ਦੀਆਂ ਕਿਉਂ ਕਣਕ ਇਹ ਤਾਕਤ ਜ਼ਿਆਦਾ ਲੈਂਦੀ ਆ ਕਣਕ ਛੇਤੀ ਕੀਤੇ ਆਪਣੇ ਬਰਾਬਰ ਨਹੀਂ ਆਉਂਦੀ ਦੂਸਰੇ ਸਾਲ ਸੱਤ ਪੂਰੀਆਂ ਹੋ ਗਈਆਂ ਸੀਗੀਆਂ ਹੁਣ ਇਸ ਟਾਈਮ ਇਹਨੂੰ ਤੀਜਾ ਸਾਲ ਆ ਤੀਜੇ ਸਾਲ ਦੇ ਵਿੱਚ ਜਾ ਕੇ ਮੇਰੀ ਕਣਕ ਥੋੜੀ ਜਿਹੀ ਹੁਣ ਮੈਨੂੰ ਚੰਗੀ ਲੱਗਦੀ ਆ ਹੋ ਸਕਦਾ ਐ ਸਾਲ ਇਹ ਤਕਰੀਬਨ 10 ਤੋਂ 12 ਪੂਰੀਆਂ ਕਿਲੇ ਦੇ ਨਿਕਲਣਗੀਆਂ ਪਰ ਜਿਹੜੀ ਹੁਣ ਤੁਸੀਂ ਪੁੱਛਿਆ ਵੀ ਇਨਕਮ ਹਾਂਜੀ ਇਨਕਮ ਜਿਹੜੀ ਆ ਕਿ ਜੋ ਤੇ ਕਹਿੰਦੇ ਹੁੰਦੇ ਗਾਹਕ ਜਿਹੜਾ ਪਛਾਣ ਵਾਲਾ ਆ ਵੀ ਅਸੀਂ ਚੰਗੀ ਚੀਜ਼ ਖਾਣੀ ਆ ਕੁਝ ਵੀ ਕਰਨਾ ਆ ਤੇ ਵਿਸ਼ਵਾਸ ਵੀ ਹੈਗਾ ਵੀ ਇਹ ਬੰਦਾ ਨੈਚਰਲ ਖੇਤੀ ਕਰਦਾ ਵੀ ਰਸਗਲਾ ਨਹੀਂ ਕਰਦਾ ਤੇ ਲੋਕੀ 4 ਤੋਂ ਲੈ ਕੇ 5000 ਤੱਕ ਹੱਸ ਕੇ ਦੇ ਜਾਂਦੇ ਆ ਤੇ ਬੜੇ ਖੁਸ਼ੀ ਖੁਸ਼ੀ ਲੈ ਕੇ ਜਾਂਦੇ ਵੀ ਸਾਨੂੰ ਨੇਚਰਲ ਅਸਲੀ ਚੀਜ਼ ਮਿਲ ਗਈ ਆ ਤੇ ਮੇਰੇ ਖਿਆਲ ਨਾਲ ਵੀ ਜੇ 10 ਬੋਰੀਆਂ ਵੀ ਨਿਕਲਣ ਤਾਂ ਫੇਰ ਵੀ ਉਹ ਕੈਮੀਕਲ ਖੇਤੀ ਨਾਲੋਂ ਜ਼ਿਆਦਾ ਆ ਲੇਕਿਨ ਥੋੜਾ ਇੰਤਜ਼ਾਰ ਕਰਨਾ ਪਊਗਾ ਇੰਤਜ਼ਾਰ ਜਾਨੀ ਸਹਿਜ ਦੇ ਵਿੱਚ ਆ ਕਿ ਸਤ ਸੰਤੋਖ ਦੇ ਨਾਲੇ ਖੇਤੀ ਜਿਹੜੀ ਆ ਉਹ ਚੱਲਦੀ ਆ ਤੇ ਇਹ ਫੜਾਫੜ ਇਨਕਮ ਵਾਲੀ ਗੱਲ ਹੈ ਨਹੀਂ ਇਹਦੇ ਵਿੱਚ ਇਨਕਮ ਕੈਮੀਕਲ ਨਾਲੋਂ ਵੱਧ ਹੋਊਗੀ ਠੀਕ ਹੈ ਜੀ ਕਣਕ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫਸਲ ਬੀਜਦੇ ਹੋ ਜੀ ਦੇਖੋ ਜੀ ਮੈਂ ਅਜੇ ਤੇ ਇਹ ਹੀ ਮੇਰਾ ਸ਼ੁਰੂ ਕੀਤਾ ਜਦੋਂ ਮੈਂ ਥੋੜਾ ਜਿਹਾ ਕਮਾਦ ਦਾ 20 ਬਣਾਉਣ ਵਾਸਤੇ ਲਾਇਆ 85 ਬੀਜ ਲਿਆਂਦਾ ਸੀ ਮੈਂ ਉਹ ਸਾਹਮਣੇ ਲਗਾਇਆ ਤੇ ਉਹ ਕਮਾਦ ਦਾ ਵੀ ਮੇਰਾ ਇਰਾਦਾ ਥੋੜਾ ਜਿਹਾ ਵਧਾਉਣ ਦਾ ਉਹ 20 ਬਣਾਉਂਗਾ ਅਜੇ ਕਿਉਂਕਿ ਮੈਂ ਕੱਲਾ ਬੰਦਾ ਇੱਥੇ ਇੰਨਾ ਮੈਂ ਨਹੀਂ ਕਰ ਸਕਦਾ ਲੇਬਰ ਦਾ ਖਰਚਾ ਬਹੁਤ ਆਉਂਦਾ ਲੇਬਰ ਮਿਲਦੀ ਨਹੀਂ ਤੇ ਇਸ ਟਾਈਮ ਤੇ ਪਹਿਲੋ ਮੈਂ ਝੋਨਾ ਵੀ ਲਾਉਂਦਾ ਰਿਹਾ ਕਿ ਝੋਨਾ ਘਟਾ ਕੇ ਤੇ ਹੋਰ ਆਪਾਂ ਦਾਲਾ ਵਗੈਰਾ ਦਾ ਕੋਈ ਕੋਸ਼ਿਸ਼ ਕਰਾਂਗੇ ਕਿ ਕੋਈ ਪੈਲੀ ਤਿਆਰ ਹੋਰੇ ਜਦੋਂ ਪੈਲੀ ਤਿਆਰ ਹੋਊਗੀ ਤਾਂ ਆਪਾਂ ਵੈਰਟੀਆਂ ਬਣਾਵਾਂਗੇ ਇਹਦੇ ਵਿੱਚ ਕਿਉਂ ਅਜੇ ਮੈਂ ਨਵਾਂ ਨਵਾਂ ਦਾ ਕਰਕੇ ਜਮੀਨ ਹੀ ਤਿਆਰ ਕਰ ਰਹੇ ਹਾਂ ਜੀ ਅਜੇ ਇਸ ਟਾਈਮ ਮੈਂ ਦੇਖਿਆ ਤੁਹਾਡੀ ਫਸਲ ਦੇ ਵਿੱਚ ਤੋਰੀਆ ਬਹੁਤ ਵਧੀਆ ਸਰੋਂ ਹਾਂਜੀ ਹਾਂ ਇਹਦਾ ਕੋਈ ਖਾਸ ਹਾਂਜੀ ਇਹ ਬਹੁਤ ਵਧੀਆ ਸਵਾਲ ਆ ਆਮ ਲੋਕਾਂ ਨੂੰ ਨਹੀਂ ਪਤਾ ਇਹਦੇ ਬਾਰੇ ਦੇਖੋ ਜਿਹੜਾ ਕਣਕ ਆਪਾਂ ਨੇਚਰਲ ਖੇਤੀ ਕਰਨੀ ਕਿ ਨਹੀਂ ਨੇਚਰਲ ਖੇਤੀ ਦੇ ਨਾਲ ਆਪਾਂ ਨੂੰ ਪਿੱਛੇ ਜਾਣਾ ਪਊਗਾ 30 35 ਸਾਲ ਕਿਉਂ ਉਸ ਟਾਈਮ ਦੇ ਵਿੱਚ ਵੀ ਲੋਕੀ ਕਣਕਾਂ ਦੇ ਵਿੱਚ ਸਰ ਸਰੋਂ ਦੇ ਸਿਆਲ ਲਾਉਂਦੇ ਸੀ ਜਾਂ ਤੂਰੀ ਦੇ ਸਿਆਲ ਲਾਉਂਦੇ ਹੁੰਦੇ ਸੀ ਇਹਦਾ ਕਣਕ ਦੀ ਫਸਲ ਦੇ ਨਾਲ ਬਹੁਤ ਗੂੜਾ ਸਬੰਧ ਆ ਠੀਕ ਹੈ ਜੀ ਗੂੜਾ ਸਬੰਧ ਇਸ ਤਰ੍ਹਾਂ ਆ ਵੀ ਜਿਸ ਟਾਈਮ ਹੁਣ ਛਿੱਟਾ ਕੱਢਣਾ ਕਣਕ ਨੇ ਛਿੱਟਾ ਕੱਢ ਲਿਆ ਇਹਦੇ ਉੱਤੇ ਤੇਲਾ ਚੇਪਾ ਆ ਜਾਣਾ ਆ ਠੀਕ ਹੈ ਜੀ ਤੇ ਨਾਲ ਜਿਹੜੀ ਆਪਣੀ ਸਰੋਂ ਆ ਇਹਦੇ ਫੁੱਲ ਲੱਗ ਜਾਣੇ ਆ ਇਹਦੇ ਉੱਤੇ ਲੀਡੀਬਾਰਡ ਆ ਜਾਣਾ ਅੱਛਾ ਜੀ ਜਿਸ ਟਾਈਮ ਲੀਡੀਬਾਰਡ ਆ ਗਿਆ ਤੇ ਨਾਲ ਇਹਨੇ ਤੇ ਚਿਪਾ ਤੇਲਾ ਚ ਖਾਣਾ ਸ਼ੁਰੂ ਕਰ ਦਿੰਨਾ ਕਰ ਦੇਣਾ ਆ ਉਹ ਤਕਰੀਬਨ ਹਫਤੇ ਦੇ ਵਿੱਚ ਵਿੱਚ ਹੀ ਆਪਣਾ ਜਿਹੜਾ ਉਹ ਆਪਾਂ ਨੂੰ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਤੇ ਕੁਦਰਤੀ ਤੌਰ ਤੇ ਉਹਨਾਂ ਨੇ ਆਪਣੇ ਆਪ ਹੀ ਖਤਮ ਕਰ ਦੇਣਾ ਸਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਸਰੋਂ ਦੇ ਸਾਈਡ ਵਿੱਚ ਲਾਏ ਆ ਦੋ ਕੰਮ ਹੁੰਦੇ ਆ ਇੱਕ ਆਪਾਂ ਨੂੰ ਸਰੋਂ ਮਿਲਦੀ ਆ ਨਾਲੇ ਤੇਲ ਕੱਢ ਲਈਦਾ ਨਾਲੇ ਖਲ ਜਿਹੜੀ ਆ ਮੁੜ ਕੇ ਫੇਰ ਖਤੇ ਚ ਪਾ ਦਿੰਦੀ ਆ ਪਿਆ ਕੇ ਹਾਂਜੀ ਕਣਕ ਦੇ ਵਿੱਚ ਜਦੋਂ ਮੈਣਾ ਬਹੁਤ ਹੋਇਆ ਜੀ ਇਹਦੀ ਕੋਈ ਨੁਕਸਾਨ ਹੈ ਜਾਂ ਕੋਈ ਫਾਇਦਾ ਜੀ ਇਹਦਾ ਹਾਂਜੀ ਇਹ ਪਹਿਲਾਂ ਮੈਨੂੰ ਵੀ ਲੱਗਦਾ ਸੀਗਾ ਵੀ ਇਹ ਜਿਹੜਾ ਕੱਖ ਹੋ ਗਿਆ ਕਣਕ ਦੇ ਵਿੱਚ ਵੀ ਇਹ ਕਣਕ ਨੂੰ ਨੁਕਸਾਨ ਕਰੂਗਾ ਪਰ ਹੁਣ ਜਿੱਦਾਂ ਇਦਾਂ ਮੇਰੀ ਕਣਕ ਤਿਆਰ ਹੋਈ ਜਾਂਦੀ ਆ ਤੇ ਮੈਨੂੰ ਇਹ ਲੱਗਦਾ ਵੀ ਇਹ ਮੈਣਾ ਜਿਹੜਾ ਸਾਡਾ ਇਹ ਮਿੱਤਰ ਮਿੱਤਰ ਪੌਦਾ ਹੀ ਆ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਜੜ ਦੇ ਵਿੱਚ ਬਹੁਤ ਜ਼ਿਆਦੀ ਮੈਂ ਦੇਖੀ ਪਟਕੇ ਤੇ ਕਣਕ ਨੂੰ ਕੋਈ ਅਸਰ ਨਹੀਂ ਹੋਇਆ ਕਣਕ ਦੇ ਛਿੱਟੇ ਬਹੁਤ ਵਧੀਏ ਆ ਤੇ ਬੂਟਾ ਪਟਕੇ ਵੀ ਦਿਖਾ ਲਿਆ ਸੀਗਾ ਮੈਂ ਵੀ ਇਹਦੇ ਵਿੱਚ ਨਾਈਟ੍ਰੋਜਨ ਬਹੁਤ ਆ ਤੇ ਜਿਹੜਾ ਦੂਸਰਾ ਮੈਣਾ ਨੁਕਸਾਨ ਨਹੀਂ ਕਰਦਾ ਜਿਹੜਾ ਹੁਣ ਵੀਜਾ तकरीबन ਬਹੁਤ ਜਿਆਦਾ ਮੈਣਾ ਬਾਕੀ ਕੱਖ ਦਾ ਕੰਟਰੋਲ ਕਰਦਾ ਹੈ ਤੂੰ ਮਿਹਨਤ ਦੇ ਨਾਲ ਹੀ ਆ ਗੂੜੀਆਂ ਦੇ ਨਾਲ ਹੀ ਹੁੰਦਾ ਉਦਾਂ ਤਾਂ ਕੰਟਰੋਲ ਹੁੰਦਾ ਨਹੀਂ ਇਹ ਮੱਕੀ ਵੀ ਇਸੇ ਤਰ੍ਹਾਂ ਵੀਜਦੇ ਕਿ ਮੱਕੀ ਅਜੇ ਨਹੀਂ ਵੀਜੀ ਜੀ ਮੱਕੀ ਮੈਂ 2 ਸਾਲ ਲਾਈ ਸੀਗੀ ਉਹ ਉਹ ਵੀ ਇਸੇ ਤਰ੍ਹਾਂ ਲਾਈ ਸੀ ਲੇਕਿਨ ਮੈਂ ਮੱਕੀ ਦੇ ਵਿੱਚ ਕਾਮਯਾਬ ਨਹੀਂ ਹੋਇਆ ਉਸ ਕਰਕੇ ਕਿ ਸਾਡੇ ਸੂਰ ਬੜਾ ਪੈਂਦਾ ਇੱਥੇ ਅੱਛਾ ਜੀ ਦੂਸਰਾ ਰਾਖੀ ਰੁੱਕੀ ਦਾ ਕੰਮ ਵੀ ਹੈ ਨਹੀਂ ਪਰ ਜਿਆਦਾ ਆਪਾਂ ਜਿਆਦਾ ਖਲਾੜਾ ਪਾਵਾਂਗੇ ਚੰਗਾ ਨਹੀਂ ਪਹਿਲੋਂ ਆਹ ਤਿਆਰ ਕਰਕੇ ਇਨੀ ਪਾਈ ਤੇ ਇਹਦੇ ਵਿੱਚ ਵੈਰਾਈਆਂ ਵੀ ਜਾਂਗੇ ਸਾਲਕ ਤੱਕ ਆਪਾਂ ਲੋਕਾਂ ਨੂੰ ਵਧੀਆ ਉਪਜਾਉ ਕਰਕੇ ਖਵਾਵਾਂਗੇ ਸਭ ਖੁਸ਼ ਹਾਂ ਜਦੋਂ ਫਸਲ ਨੂੰ ਕੋਈ ਕੀੜਾ ਲੱਗ ਜਾਂਦਾ ਜੀ ਇਸ ਦੀ ਵੀ ਰੋਕத் ਦਮ ਕਿਵੇਂ ਕਰਦੇ ਹੋ ਤੁਸੀਂ ਹਾਂਜੀ ਦੇਖੋ ਕੀੜਾ ਪਹਿਲੀ ਗੱਲ ਤੇ ਜਦੋਂ ਆਪਾਂ ਸਾਲਕ ਕੀੜਾ ਆਉਂਦਾ ਆ ਇਸ ਵੇਲੇ ਜਦੋਂ ਆਪਾਂ ਨੈਚਰਲ ਖੇਤੀ ਸ਼ੁਰੂ ਕਰਦੇ ਹਾਂ ਕਿ ਨਹੀਂ ਹਾਂਜੀ ਸਾਲਕ ਦੇ ਵਿੱਚ ਆਪ ਨੂੰ ਪ੍ਰੋਬਲਮ ਆਉਂਦੀ ਆ ਤੇ ਉਹਦੀ ਰੋਕ ਥਾਂ ਵਾਸਤੇ ਆਪਣੇ ਕੋਲ ਬਹੁਤ ਤਰੀਕੇ ਹੈਗੇ ਆ ਜਿਸ ਤਰ੍ਹਾਂ ਨਿੰਮ ਅੱਕ ਤਧੂਰਾ ਤੇ ਇਹਨਾਂ ਦੀਆਂ ਸਪ੍ਰਿਆ ਕਰਨੀਆਂ ਜਾਂ ਆਪਾਂ ਦੂਸਰਾ ਜਿਹੜਾ ਚੀਜ਼ ਆ ਉਹਨੂੰ ਮਕਤਾਰ ਬਣਾ ਕੇ ਹੋਰ ਵੀ ਸਿਸਟਮ ਹੈਗੇ ਦਾ ਹਲਦੀ ਮਿਰਚਾਂ ਵਗੈਰਾ ਪਾ ਕੇ ਉਹਨਾਂ ਦੇ ਹਿਸਾਬ ਨਾਲ ਆਪਾਂ ਉਹਦੀ ਮਗਦਾਦ ਬਣਾ ਕੇ ਤੇ 15 ਲੀਟਰ ਦੀ ਢੋਲਕ ਦੇ ਵਿੱਚ ਉਹਨੂੰ ਤਕਰੀਬਨ 1 ਲੀਟਰ ਦੇ ਲੀਟਰ ਪਾ ਕੇ ਤੇ ਉਹ ਬਸ ਪ੍ਰਿਆ ਕਰ ਸਕਦੇ ਕੀੜੇ ਦਾ ਵੀ ਸੁੰਢੀ ਦਾ ਵੀ ਕੰਟਰੋਲ ਹੋ ਜਾਂਦਾ ਆ ਕੋਈ ਸੁੰਢੀ ਵਾਲਾ ਕੋਈ ਖਤਰੇ ਵਾਲੀ ਗੱਲ ਨਹੀਂ ਇਹ ਫਸਲ ਦੇ ਵਿੱਚ ਨਦੀਨ ਬਹੁਤ ਆ ਜਾਂਦਾ ਜੀ ਨਦੀਨ ਨੂੰ ਫੇ ਕਿਵੇਂ ਨਾਸ਼ ਕਰਦੇ ਹਾਂ ਨਦੀਨ ਦਾ ਨਾਸ ਦਾ ਕਰਨ ਦਾ ਇਦਾਂ ਵੀ ਪਹਿਲੀ ਗੱਲ ਤੇ ਆਪਾਂ ਜਦੋਂ ਫਸਲ ਬੀਜਣੀ ਆ ਜੀ ਆਪਾਂ ਉਸ ਟਾਈਮ ਥੋੜਾ ਜਿਆ ਕੇਅਰ ਕਰ ਲਈਏ ਤੇ ਨਦੀਨ ਇੰਨਾ ਹੁੰਦਾ ਨਹੀਂ ਤੇ ਜੇ ਨਦੀਨ ਆ ਹੋ ਵੀ ਜਾਵੇ ਤੇ ਇਹ ਇਹ ਦਾ ਨੁਕਸਾਨ ਨਹੀਂ ਕਰਦਾ ਨਦੀਨ ਬਾਰੇ ਨਦੀਨ ਹੁੰਦੇ ਆ ਨਦੀਨ ਦੇ ਉੱਤੇ ਮਿਹਨਤ ਕਰਨੀ ਪੈਂਦੀ ਬਹੁਤ ਕੋਸਟ ਆਉਂਦੀ ਆ ਇਹਦੀ ਆਪਾਂ ਗੋਡੀ ਕਰਾਵਾਂਗੇ ਤਾਂ ਵੀ ਪਰ ਜਿਹੜੇ ਹੁਣ ਇਸ ਟਾਈਮ ਅਮਰੀਕਾ ਦੇ ਨਦੀਨ ਆ ਮੈਨੂੰ ਇਹ ਲੱਗਦਾ ਵੀ ਇਹ ਮੇਰਾ ਨੁਕਸਾਨ ਕੀਤਾ ਨਹੀਂ ਇਹਨਾਂ ਨੇ ਨਾਏ ਕਰਨਗੇ ਮੈਂ ਦੇਖਿਆ ਤੁਹਾਡੇ ਖੇਤ ਦੇ ਲੱਗ ਗਿਆ ਰੂੜੀ ਦਾ ਢੇਰ ਬਹੁਤ ਵੱਡਾ ਲੱਗਾ ਹੋਇਆ ਏ ਇਸ ਨੂੰ ਕਿਵੇਂ ਤਿਆਰ ਕਰਦੇ ਹਾਂ ਹਾਂਜੀ ਇਹ ਜਿਹੜੀ ਰੂੜੀ ਆ ਇਹ ਹਰ ਸਾਲ ਹੀ ਮੈਂ ਤਿਆਰ ਕਰਦਾ ਕੋਈ 10-12 ਟਰਾਲੀਆਂ ਤਿਆਰ ਕਰਦਾ ਆ ਤੇ ਇਹ ਵੇਸਟ ਦੀ ਕਮੋਦਰ ਨਾਲ ਤਿਆਰ ਕਰਦਾ ਆ ਜੋਨੋ ਬੇਸ ਡੀਕ ਕੋਮਪੋਸਟਰ ਤਿਆਰ ਹੋ ਜਾਂਦਾ ਤਾਂ ਉਹਨੂੰ ਇਹਦੇ ਵਿੱਚ ਛਿੜਕਾ ਕਰਕੇ ਉੱਪਰ ਢੇਰ ਦੇ ਉੱਤੇ ਤੇ ਗੋਏ ਨੂੰ ਇੱਕ ਵਾਰ ਦੇ ਕੇ ਤੇ ਤਕਰੀਬਨ ਮਹੀਨੇ ਡੇਢ ਮਹੀਨੇ ਦੇ ਵਿੱਚ ਤਿਆਰ ਹੋ ਜਾਂਦਾ ਬੇਸ ਡੀਕ ਕੋਮਪੋਸਟਰ ਦੇ ਨਾਲ ਬਹੁਤ ਹੀ ਵਧੀਆ ਇਹ ਜਵਾਨੂ ਖਾਦ ਤਿਆਰ ਹੋ ਜਾਂਦੀ ਆ ਪਿਓਰ ਨੇਚਰਲ ਹੁੰਦੀ ਹੈ ਜਿਹਦੇ ਵਿੱਚ ਕੋਈ ਕੈਮੀਕਲ ਮਿਲਾਵਟ ਕੁਝ ਨਹੀਂ ਹੈ ਤੇ ਬਹੁਤ ਹੀ ਜਲਦੀ ਇਹ ਅਸਰ ਵੀ ਇੰਨਾ ਕਰਦੀ ਜਦ ਡਾਇਆ ਦਾ ਬੋਰਾ ਪਾਤਾ ਦੱਸਣਾ ਵੀ ਪੰਜ ਕੁਇੰਟਲ ਇਹ ਪਾਤੀ ਦੇ ਇੱਕ ਡਾਇਆ ਦਾ ਬੋਰਾ ਪਾਤਾ ਉਹਦੇ ਬਰਾਬਰ ਆ ਇਹੜਾ ਰੂੜੀ ਦੇ ਢੇਰ ਦੇ ਵਿੱਚ ਪਾਇਆ ਜਾਂਦਾ ਵੇਸਟ ਇਨਕੋਪੋਜ਼ਰ ਇਸ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਜੀ ਹਾਂਜੀ ਵੀਰ ਜੀ ਆਓ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾ ਲ ਦਿੰਨੇ ਕਿਸ ਤਰ੍ਹਾਂ ਤਿਆਰ ਕਰਦੇ ਆਂ ਅੱਜ ਤੁਹਾਡੇ ਸਾਹਮਣੇ ਤਿਆਰ ਕਰ ਦੇਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਿ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਜੋ ਵੇਸਟਿਕ ਬੋਜਰ ਆ ਜੇ ਤਾਂ ਆਪਾਂ ਨਵਾਂ ਲਿਆਉਣਾ ਹੈ ਕੁਝ ਵੀ ਕਰਨਾ ਤੇ 20 ਰੁਪਏ ਦੀ ਇਹ ਸ਼ੀਸ਼ੀ ਆ ਗਵਰਨਮੈਂਟ ਅਥਰਾਇਡਾ ਇਹ ਤੇ ਗਾਜ਼ਿਆਬਾਦ ਫੈਕਟਰੀ ਲੱਗੀ ਆ ਇਹਦੀ ਤੇ ਉਥੋਂ ਵਾਈਪੋਸਟ ਆਪਾਂ ਮੰਗਾ ਸਕਦੇ ਆ ਠੀਕ ਹੈ ਜੀ ਨੰਬਰ 1 ਨੰਬਰ 2 ਜੇ ਨਹੀਂ ਆਪਾਂ ਉਥੋਂ ਮੰਗਾ ਸਕਦੇ ਜਿਸ ਤਰ੍ਹਾਂ ਹੁਣ ਮੈਂ ਇਹ ਵੇਸਟਿਕ ਬੋਜਰ ਤਿਆਰ ਕੀਤਾ ਆ ਸਾਡੇ ਕੋਲੋਂ ਕੋਈ ਵੀ ਆਦਮੀ ਆ ਕੇ 5-10 ਲੀਟਰ ਫ੍ਰੀ ਆਫ ਕੋਸਟ ਠੀਕ ਹੈ ਲਿਆ ਸਕਦਾ ਆ ਕਿਉਂਕਿ ਇਹ ਜਾਗਦਾ ਕੰਮ ਕਰਦਾ ਬਾਕੀ ਇਹਨੂੰ ਤਿਆਰ ਕਰਨ ਦਾ ਤਰੀਕਾ ਇਹੀ ਆ ਵੀ ਜਦੋਂ ਆਪਾਂ ਇਹਨੂੰ ਤਿਆਰ ਕਰਨਾ ਆ ਪਲਾਸਟਿਕ ਦਾ ਭਾਂਡਾ ਲੈਣਾ ਆ ਪਾਸਟ ਪਲਾਸਟਿਕ ਦੇ ਡਰਮ ਲੈਣੇ ਆ ਉਹਦੇ ਵਿੱਚ ਜੇ 100 ਲੀਟਰ ਦੇ ਮਗਰ 1 ਕਿਲੋ ਗੁੜ ਤੇ 5 ਲੀਟਰ ਵੇਸਟ ਜਿਕ ਪੋਜ਼ਰ ਠੀਕ ਹੈ ਇਹ ਪਾ ਕੇ ਉਸੇ ਟਾਈਮ ਹੀ ਆਪਾਂ ਇਹਨੂੰ ਜਾਨੀ ਕਿ ਹਿਲਾਉਣਾ ਸ਼ੁਰੂ ਕਰ ਦੇਣਾ ਆ ਤਕਰੀਬਨ ਆਪਾਂ ਦੋ ਟਾਈਮ ਇਹਨੂੰ ਦਿਹਾੜੀ ਦੇ ਵਿੱਚ ਹਲਾਵਾਂਗੇ ਤੇ ਸਮਝ ਲਓ ਵੀ ਜੇ ਗਰਮੀਆਂ ਦੇ ਵਿੱਚ 3 ਦਿਨ ਤਿਆਰ ਹੋ ਜਾਂਦਾ ਵੱਧ ਤੋਂ ਵੱਧ 14 ਦਿਨ ਤਿਆਰ ਹੋ ਜਾਊਗਾ ਤੇ ਗਰਮ ਸਿਆਲ ਦੇ ਵਿੱਚ ਇਹ ਤਕਰੀਬਨ ਹਫਤਾ ਕਰ ਲੈ ਜਾਂਦਾ ਇਹ ਫਿਰ ਰੂੜੀ ਦੇ ਢੇਰ ਤੇ ਪਾਇਆ ਜਾਂਦਾ ਜੀ ਇਹ ਜੀ ਹਰੇਕ ਚੀਜ਼ ਦੇ ਵਿੱਚ ਵਰਤਿਆ ਜਾਂਦਾ ਇਹਦੇ ਬਹੁਤ ਤਰੀਕੇ ਜਿਹੜੇ ਤਰੀਕੇ ਨਾਲ ਆਪਾਂ ਮਰਜ਼ੀ ਵਰਤ ਲਈਏ ਇਹ ਆਪਣੇ ਫਸਲ ਤੋਂ ਹੀ ਵਾਸਤੇ ਮੁਨਾਫੇ ਦਾ ਮੁਨਾਫੇ ਦਾ ਨੰਬਰ 1 ਜੀ ਆਪਾਂ ਪੈੜੀ ਦੇ ਵਿੱਚ ਛੱਡਾਂਗੇ ਪਾਣੀ ਦੇ ਨਾਲ ਹਾਂਜੀ ਤੇ ਉਹਦੇ ਵਿੱਚ ਵੀ ਇਹ ਜਿੰਨੇ ਵੀ ਜਵਾਣੂ ਇਹਦੇ ਸੁਖਮ ਜੀਵ ਦੇ ਵਿੱਚ ਪੈਦਾ ਹੋਏ ਆ ਉਹਨੇ ਆਪਣੀ ਪੈਰੀ ਜਿਹੜੀ ਆ ਉਹਨੂੰ ਮਲਟੀਪਲਾਈ ਕਰਕੇ ਉੱਚ ਜਿਹੜੇ ਆਪਣੇ ਮਿੱਤਰ ਕੀੜੇ ਉਹ ਪੈਦਾ ਕਰਨੇ ਆ ਤੇ ਜ਼ਮੀਨ ਦਾ ਨਸ਼ਾ ਨਿ ਛਡਾਉਣਾ ਆ ਦੂਸਰਾ ਆਪਾਂ ਇਹਨੂੰ ਵੇਸ ਦੀ ਗੁਜਰ ਤਿਆਰ ਜਦੋਂ ਹੋ ਗਿਆ ਜੇ ਆਪਾਂ ਜਵਾਣੂ ਖਾਦ ਤਿਆਰ ਕਰਨੀ ਆ ਜਵਾਣੂ ਖਾਦ ਤਿਆਰ ਕਰਨ ਵਾਸਤੇ ਆਪਾਂ ਨੂੰ ਢੇਰ ਕੱਚੇ ਢੇਰ ਦੇ ਵਿੱਚ ਵੀ ਪਾ ਦਈਏ ਤੇ ਇਹਨੂੰ ਉੱਪਰ ਛਿੜਕ ਕੇ ਉਦੋਂ ਬਾਅਦ ਇੱਕ ਵਾਰਡ ਦੇ ਕੇ ਦੁਆਰਾ ਦੋ ਕੁ ਡਰਮ ਪਾ ਦिए ਟਰਾਲੀ ਦੇ ਤੇ ਇਹ 15 20 ਦਿਨਾਂ ਦੇ ਮਹੀਨੇ ਦੇ ਵਿੱਚ ਵਿੱਚ ਜਵਾਨ ਮੁਖਾਦ ਵੀ ਤਿਆਰ ਕਰ ਦਿੰਦਾ ਇਹ ਜਦੋਂ ਤਿਆਰ ਕਰਦੇ ਆ ਜੀ ਆਪਾਂ ਤੇ ਇਹ ਕਿੰਨੀ ਮਾਤਰਾ ਹੁੰਦੀ ਆ ਪਾਣੀ ਦੀ ਦਵਾਈ ਦੀ ਤੇ ਹੋਰ ਕੀ ਕੀ ਪੈਂਦਾ ਇਹਦੇ ਵਿੱਚ ਜੀ ਬਹੁਤ ਅੱਛਾ ਸਵਾਲ ਆ ਜੀ ਤੁਹਾਡਾ ਇਹ ਜੀ ਬਹੁਤ ਸੌਖਾ ਤਰੀਕਾ ਇਹਨੂੰ ਤਿਆਰ ਕਰਨ ਦਾ ਭਈ 100 ਲੀਟਰ ਪਾਣੀ ਮਗਰ 1 ਕਿਲੋ ਗੋੜ ਤੇ ਜੇ ਆਪਣੇ ਕੋਲ ਵੇਸਟਿੰਗ ਬੋਧ ਦਾ ਜਾਗ ਹੈਗਾ 5 ਲੀਟਰ ਇਹਦੇ ਵਿੱਚ ਤੁਸੀਂ ਪਾਣੀ ਪਾ ਦਿਓ ਵੇਸਟਿੰਗ ਬੋਧ ਜਿਹੜਾ ਤਿਆਰ ਹੋਇਆ ਆ 100 ਲੀਟਰ ਪਾਣੀ ਉਹ ਮਗਦਾਦ ਰੱਖ ਕੇ ਕਿਲੋ ਗੋੜ ਦੇ ਨਾਲ ਰੱਖ ਕੇ ਤੇ ਇਹਨੂੰ ਪਾਣੀ ਪਾ ਕੇ ਇਹਨੂੰ ਤੁਸੀਂ ਸਵੇਰੇ ਸ਼ਾਮੀ ਘਮਾਈ ਜਾਣਾ ਆ ਸੱਜੇ ਪਾਸੇ ਨੂੰ ਘਮਾਉਣਾ ਇਦਾਂ ਕਰਕੇ ਤੇ ਇਹਦੇ ਨਾਲ ਇਹ ਤਕਰੀਬਨ 5-6 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਇਹ ਵੇਸਟਿੰਗ ਬੋਧ ਤਿਆਰ ਹੋ ਜਾਣਾ ਵਰਤਨਯੋਗ ਹੋ ਜਾਣਾ ਇਹ ਹਾਂਜੀ ਇਹ ਸਿਆਲਾਂ ਨੂੰ ਕਿੰਨਾ ਟਾਈਮ ਲੱਗਦਾ ਤਿਆਰ ਕਰਨ ਨੂੰ ਤੇ ਗਰਮੀਆਂ ਨੂੰ ਕਿੰਨਾ ਟਾਈਮ ਲੱਗਦਾ ਜੀ ਦੇਖੋ ਜੀ ਸਿਆਲਾ ਨੂੰ ਥੋੜਾ ਟਾਈਮ ਦਿਹਾੜੀ ਦੋ ਦਿਨ ਵੱਧ ਲੱਜਾਂਦਾ ਠੰਡ ਹੁੰਦੀ ਹੈ ਕਿਉਂਕਿ ਜਵਾਣੂ ਜਿਹੜੇ ਆ ਇਹ ਮਲਟੀਪਲਾਈ ਘੱਟ ਹੁੰਦੇ ਆ ਤੇ ਗਰਮੀਆਂ ਦੇ ਵਿੱਚ ਇਹ ਤਕਰੀਬਨ ਤਿੰਨ ਤੋਂ ਵੱਧ ਚਾਰ ਦਿਨਾਂ ਦੇ ਵਿੱਚ ਆਪਣਾ ਤਿਆਰ ਹੋ ਜਾਂਦਾ ਜੇ ਤੁਸੀਂ ਛਿੱਦੀ ਬਿਲਕੁਲ ਬੜੀ ਛਿੱਦੀ ਤਿਆਰ ਕਰਨਾ ਇਹਦੇ ਹੋਰ ਵੀ ਤਰੀਕੇ ਬਹੁਤ ਹੈਗੇ ਆ ਵੀ ਜਿਸ ਤਰ੍ਹਾਂ ਇਹਦੇ ਵਿੱਚ ਥੋੜਾ ਬਹੁਤਾ ਕੋਈ ਦਾਲਾਂ ਪਾ ਦਿਓ ਜੇ ਅਮਰਤ ਅਮਰਤ ਤਿਆਰ ਕਰਨਾ ਆ ਕੋਈ ਤਰੀਕੇ ਹੈਗੇ ਇਹਦੇ ਬਹੁਤ ਕੁਝ ਇਦਾਂ ਤਿਆਰ ਹੁੰਦਾ ਜੀ ਗਰਮੀਆਂ ਦੇ ਵਿੱਚ 14 ਦਿਨਾਂ ਤੋਂ 50 ਦਿਨਾਂ ਦੇ ਵਿੱਚ ਵਧੀਆ ਤਿਆਰ ਹੋ ਜਾਂਦਾ ਇਹ ਚ ਦਾਲ ਕਿਹੜੀ ਕਿਹੜੀ ਪਾਈ ਜਾ ਸਕਦੀ ਹੈ ਜੀ ਦਾਲ ਘਰ ਚ ਕੋਈ ਵੀ ਪਈ ਆ ਆਪਣੇ ਕੋਈ ਵੀ ਜਿਹੜੀ ਆ ਬਜ਼ਾਰਾ λεਉਣ ਦੀ ਚੀਜ਼ ਲੋੜ ਨਹੀਂ ਆਪਾਂ ਨੂੰ ਕੋਈ ਵੀ ਮੂੰਗੀ ਦੀ ਆ ਕੋਈ ਵੀ ਆ ਕਿਸ ਤਰ੍ਹਾਂ ਦੇ ਚੋਲੇਆਂ ਦੀ ਆ ਜਾਂ ਆਟਾ ਉਹਨਾਂ ਦਾ ਪੀ ਕੇ ਆਪਾਂ ਦੜਫੜ ਕਰਕੇ ਵਿੱਚ ਪਾ ਸਕਦੇ ਆ ਤੇ ਉਹ ਸਾਬ ਨਾਲ ਇਹ ਜਾਨੀ ਛੇਤੀ ਤਿਆਰ ਉਹਨੇ ਜਵਾ ਨੂੰ ਛੇਤੀ ਤਿਆਰ ਹੁੰਦੇ ਆ ਲੇਕਿਨ ਜੇ ਆਪਾਂ ਖੱਤੇ ਜੇ ਯੂਜ਼ ਕਰਨਾ ਹੈ ਇਹਨੂੰ ਸਿੱਧਾ ਹੀ ਤੇ ਉਹ ਗੁੜ ਦੇ ਨਾਲ ਹੀ ਤਿਆਰ ਕਰੋ ਤਾਂ ਬਹੁਤ ਹੀ ਵਧੀਆ ਚੀਜ਼ ਆ ਤੇ ਉਹ ਜਿਹੜਾ ਦੂਸਰਾ ਦਾਣਾ ਪਾ ਕੇ ਕਰਨਾ ਉਹ ਤੁਹਾਨੂੰ ਹੋਰ ਤਰੀਕਾ ਦੱਸ ਦਿਆਂਗੇ ਉਹ ਅੰਮ੍ਰਿਤ ਬਣ ਜਾਂਦਾ ਠੀਕ ਹੈ ਕਲਚਰ ਇਹ ਜਿਹੜਾ ਕੰਪੋਜ਼ਿਟ ਕਲਚਰ ਆਪਾਂ ਤਿਆਰ ਕੀਤਾ ਜੀ ਇਹਨੂੰ ਵਰਤਣ ਦੇ ਕੀ ਕੀ ਤਰੀਕੇ ਨੇ ਕਿੱਦਾਂ ਆਪਾਂ ਪਾ ਸਕਦੇ ਹਾਂ ਜੀ ਹਾਂਜੀ ਇਹ ਜਿਹੜਾ ਵੇਸਟ ਦੀ ਕੰਪੋਸਟ ਤੋਂ ਆਪਾਂ ਕਲਚਰ ਤਿਆਰ ਕਰਦੇ ਆਪਾਂ ਕਲਚਰ ਹੀ ਕਹਿ ਸਕਦੇ ਆ ਇਹਨੂੰ ਇਹ ਕਲਚਰ ਜਿਹੜਾ ਆਪਾਂ ਹਰੇਕ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਆ ਜੇ ਆਪਾਂ ਸਪਰੇਅ ਕਰਨੀ ਆ ਸਪਰੇਅ ਵੀ ਕਰ ਸਕਦੇ ਆ ਖੱਤੇ ਦੇ ਵਿੱਚ ਪਾਣੀ ਦੇ ਨਾਲ ਛੱਡਣਾ ਪਾਣੀ ਦੇ ਨਾਲ ਵੀ ਛੱਡ ਸਕਦੇ ਆ ਜੇ ਆਪਾਂ ਇਹ ਤੋਂ ਆ ਆਪਾਂ ਕੰਪੋਸਟ تیار ਖਾਦ تیار ਕਰਨੀ ਉਹ ਵੀ ਕਰ ਸਕਦੇ ਆ ਯਾਨੀ ਕਿ ਹਰੇਕ ਚੀਜ਼ ਦੇ ਆਪਾਂ ਇਹਨੂੰ ਵਰਤ ਸਕਦੇ ਆ ਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਤੁਹਾਨੂੰ ਉਹ ਵੀ ਜਿਹੜਾ ਹੈਗਾ ਆ ਜੇ ਆਪਾਂ ਸਪਰੇਅ ਕਰਨੀ ਤਾਂ 25 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਰਾਇ ਕਰ ਸਕਦੇ ਆ ਆਪਾਂ ਤੇ ਉਹ ਬਹੁਤ ਲਾਹੇਵੰਦ ਚੀਜ਼ ਆ ਬਹੁਤ ਜਿਆਦਾ ਲਾਹੇਵੰਦ ਚੀਜ਼ ਆ ਇਹ ਰੂੜੀ ਦੇ ਉੱਤੇ ਕਿੱਦਾਂ ਪਾਇਆ ਜਾਂਦਾ ਉੱਪਰ ਹੀ ਪਾਇਆ ਜਾਂਦਾ ਜਾਂ ਵੱਢ ਦੇ ਕੇ ਕੱਟ ਦੇ ਕੇ ਪਾਣਾ ਪੈਂਦਾ ਜੀ ਉਹ ਰੂੜੀ ਦੇ ਸਾਰਾ ਇੱਕਦਮ ਜਿਵੇਂ ਕੀਤੀ ਹੁੰਦੀ ਆਪਾਂ ਲਈ ਰਾਜਾ ਗੋਹਾ ਉਹਦੇ ਦੇ ਕਰਾਈ ਤੋਂ ਜਿਵੇਂ ਮਾਰ ਕੇ ਉਹਲੇ ਮਾਰ ਕੇ ਦੱਬੇ ਦੇ ਨਾਲ ਪੁਰੰਡਿਆਂ ਦੇ ਜਫਰ ਪੜ ਸਕਦੇ ਆ ਤੇ ਜੇ ਤੁਹਾਡੇ ਕੋਲ ਬੰਦੇ ਹੈਗੇ ਆ ਵੀ ਬੰਦੇ ਦੇ ਨਾਲ ਵਾੜ ਦੇ ਸਕਦੇ ਆ ਉੱਪਰ ਆਪਾਂ ਨੂੰ ਸਪਰੇਅ ਕਰ ਦਿਓ ਪਾਣੀ ਦੀ ਜਿਹਦਾ ਆਪਾਂ ਛੜਕਾਓ ਕਰ ਦਿਓ ਛੜਕਾਓ ਕਰਕੇ ਵਾੜ ਦੇ ਕੇ ਦੂਜਾ ਛੜਕਾਓ ਕਰ ਦਿਓ ਤੇ ਦੋਹਾਂ ਛੜਕਾਵਾਂ ਦੇ ਨਾਲ ਹੀ ਇਹ ਤਿਆਰ ਹੋ ਜਾਂਦਾ ਜਿਹਨੇ ਵਾੜ ਬਾਲੀ ਵੀ ਦੇਣ ਦੀ ਲੋਣੀ ਇੱਕ ਵਾੜ ਦੇ ਦਿਓ ਉਹਨਾਂ ਜਿਹੜੇ ਕੀੜੇ ਦੇ ਚਵਾਣਗੇ ਦੇਉ ਮੈਂ ਦਿੰਦੇ ਆ ਤੋਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਕੁਝ ਮਹੀਨੇ ਦੇ ਵਿੱਚ ਵਿੱਚ ਇਹ ਖਾਦ ਤਿਆਰ ਹੋ ਜਾਂਦੀ ਰੂੜੀ ਤਿਆਰ ਹੋ ਜਾਂਦੀ ਹੈ ਇੱਕ ਮਹੀਨੇ ਦੇ ਵਿੱਚ ਠੀਕ ਹੈ ਜੀ ਆ ਕਿਸਾਨ ਵੀਰੋ ਅੱਜ ਅਸੀਂ ਸਰਦਾਰ ਮਹਿੰਦਰ ਸਿੰਘ ਜੀ ਦੇ ਨਾਲ ਮਿਲ ਕੇ ਉਹਨਾਂ ਦੇ ਕੋਲੋਂ ਬਹੁਤ ਵੱਡੀ ਜਾਣਕਾਰੀ ਲਈ ਆ ਕਿ ਕੁਦਰਤੀ ਖੇਤੀ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ਅ ਅਖੀਰ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਆ ਜੀ ਤਸਵੀਰ ਚੈਨਲ ਪੰਜਾਬ ਤਸਵੀਰ ਪੰਜਾਬ ਦੀ ਤਸਵੀਰ ਪੰਜਾਬ ਦੀ ਆਪ ਜੀ ਦਾ ਸਤਨਾਮ ਸਿੰਘ ਜੀ ਖਾਲਸਾ ਜੀ ਇਹ ਦੇਖੋ ਜੀ ਮੈਂ ਵੈਸੇ ਤੇ ਇੰਟਰਵਿਊ ਕਿਸੇ ਨੂੰ ਦਿੰਦਾ ਨਿਗਾ ਕਿਉਂਕਿ ਮੇਰੇ ਕੋਲ ਅਜੇ ਇੰਦਾ ਮਟੀਰੀਅਲ ਤਿਆਰ ਹੈ ਨਹੀਂ ਠੀਕ ਹੈ ਜੀ ਕਿਉਂਕਿ ਆਪਾਂ ਇੰਟਰਵਿਊਆਂ ਦੇਣ ਲੱਪਈਏ ਤੇ ਸਾਡੇ ਕੋਲ ਉਹ ਮਟੀਰੀਅਲ ਤਿਆਰ ਨਾ ਹੋਵੇ ਤੇ ਲੋਕੀ ਵੀ ਫੋਨ ਵੀ ਕਰਦੇ ਸਭ ਕਰਦੇ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਿਆ ਇਸ ਕਰਕੇ ਮੈਂ ਤੁਹਾਡਾ ਇੰਟਰਵਿਊ ਕੀਤੀ ਜਾ ਤੇ ਇਸ ਟਾਈਮ ਇਸ ਸਾਲ ਆਪਣੀ ਜਿਹੜੀ ਕਣਕ ਪੂਰੀ ਤਿਆਰ ਆ ਤੇ ਕੋਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਦਾ ਤੁਸੀਂ ਮੈਨੂੰ ਪ੍ਰਮੋਟ ਕਰਨ ਵਾਸਤੇ ਇੱਥੇ ਆਏ ਆ ਬੜਾ ਬੜਾ ਧੰਨਵਾਦ ਆ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਿਸਾਨ ਵੀਰੋ ਆਸ ਕਰਦੇ ਆ ਕਿ ਤੁਸੀਂ ਵੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੇਖੋਗੇ ਤੇ ਪਸੰਦ ਕਰੋਗੇ ਤੇ ਜਾਣਕਾਰੀ ਲਵੋਗੇ ਕਿ ਕਿੱਦਾਂ ਕੁਦਰਤੀ ਫਸਲ ਤਿਆਰ ਕੀਤੀ ਜਾਂਦੀ ਹੈ ਅਖੀਰ ਦੇ ਵਿੱਚ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ